वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। अपनी अज दी वीडियो उन्हां दे लई आ जो मरिया होयां दी मुक्ति करवाउणा चाहुंदे ने, भाव कि कई मनुख कहिंदे ने कि साढ़े घर दे बुजुर्ग जां कोई रिश्तेदारी दे विच किसे दी मौत होई होवे जां घर परिवार दे विच किसे होर जी दी इस तरह मौत होई होवे तां ओह कहिंदे ने ओह वार वार साढ़े सुपने दे विच आउंदे ने, साढ़े कोलों कोई चीजां वस्तुआं मंगदे ने। तां अज दी वीडियो विच आपां इसे विषय ते गल करनी है, इस करके पूरी वीडियो नूं ध्यान दे नाल सुनना अते समझना। ते इस वीडियो नूं समझण दे लई इक आपां निक्की जी कहानी दे उत्ते नजर पाउंदे हां। ਏਦਾਂ ਕਹਿੰਦੇ ਇੱਕ ਰਾਜ ਦਾ ਰਾਜਾ, ਉਸਦੇ ਪਿਤਾ ਜੀ ਅਕਾਲ ਚਲਾਣੇ ਕਰ ਗਏ ਤਾਂ ਕਹਿੰਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਰਾਜੇ ਦੇ ਸੁਪਨੇ ਦੇ ਵਿੱਚ ਵਾਰ ਵਾਰ ਉਸਦੇ ਪਿਤਾ ਜੀ ਆਉਣ ਲੱਗੇ ਤਾਂ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਨੇ ਇਹ ਗੱਲ ਬਿਠਾ ਦਿੱਤੀ ਕਿ ਤੁਹਾਡੇ ਪਿਤਾ ਜੀ ਦੀ ਮੁਕਤੀ ਨਹੀਂ ਹੋਈ, ਇਸੇ ਕਰਕੇ ਉਹ ਵਾਰ ਵਾਰ ਸੁਪਨੇ ਵਿੱਚ ਆਉਂਦੇ ਨੇ, ਤਾਂ ਉਹਨਾਂ ਦੀ ਮੁਕਤੀ ਤੁਹਾਡੇ ਦੁਆਰਾ ਹੋਵੇਗੀ। ਭਾਵ कि जेकर पुत्र दान पुन करेगा तो पिता की मुक्ति हो सकती है, इस करके राजन तुसी जां तां दान पुन करो जां कोई यज्ञ करवाओ जिस नाल तुहाडे पिता जी की मुक्ति हो जाए। तो कहिंदे राजा झट मन गया क्योंकि वह तो चाहुंदा सी कि मेरे पिता जी की मुक्ति हो जाए। तो कहिंदे उन्हां ही दिनां दे विच राजे दे नगर दे विच पहुंचे हुए संत पहुंचे। राजे ने जब उन्हां संतां दी महिमा सुनी तो वह भी दर्शन करन दे लई गया अते राजे ने जाके सारी समस्या संत जी नूं दस दित्ती कि संत जी इस तरह मेरे सुपने दे विच वार वार मेरे पिता जी आउंदे ने, पिता जी दी कुछ समा पहलां मौत हो चुकी आ पर उन्हां दी मुक्ति नहीं हुई, इसलिए मैनूं कोई जुगती दसो जिस दे नाल मेरे पिता जी मुक्त हो जाण। ते कहिंदे संत जी कुछ समा सोच के राजे नूं कहण लगे कि राजन तेरे पिता जी दी मुक्ति दा हल आपां दस दिंदे आ पर कल नूं तू सानू तालाब दे कंडे ते मिली अते जदों सानू मिलेगा दो घड़ियां दे समेत मिली, एक घड़े दे विच घिओ होना चाहीदा है दूसरे दे विच कंकर होने चाहीदे आ। तां राजा सत वचन कह के महल नूं वापस परत गया। अगली सवेर हुई तां राजा दो घड़ियां दे समेत संत महापुरखां दे कोल पहुंचिया, आके दोनों घड़े संत महापुरखां दे अगे रख दिते। संत जी पहलां तों ही तैयारी दे विच बैठे सन, उह इक भरे तालाब दे कंडे बैठे होए सन अते अपने कोल दो वड्डे वड्डे बर्तन पानी दे नाल भर के रखे सी। तां जदों राजे ने आके नमस्कार कीती, घिओ दा घड़ा अते कंकरां दा घड़ा संत जी दे अगे रखिया तां संत जी ने कहा राजन पहला घिओ वाला घड़ा चुक के खाली करो, ਉਹ ਪਾਣੀ ਦੇ ਭਰੇ ਬਰਤਨ ਦੇ ਵਿੱਚ ਪਾ ਦਿਓ। ਤਾਂ ਕਹਿੰਦੇ ਰਾਜੇ ਨੇ ਉਸੇ ਤਰ੍ਹਾਂ ਕੀਤਾ, ਪਾਣੀ ਦੇ ਭਰੇ ਹੋਏ ਬਰਤਨ ਦੇ ਵਿੱਚ ਘੜੇ ਵਾਲਾ ਘਿਓ ਪਾ ਦਿੱਤਾ। ਬਾਅਦ ਵਿੱਚ ਸੰਤ ਜੀ ਨੇ ਦੂਸਰਾ ਜੋ ਪਾਣੀ ਦਾ ਬਰਤਨ ਭਰਾ ਕੇ ਰੱਖਿਆ ਸੀ ਉਸ ਦੇ ਵਿੱਚ ਕੰਕਰ ਪਾਉਣ ਨੂੰ ਕਿਹਾ। ਇਸ ਤਰ੍ਹਾਂ ਰਾਜੇ ਨੇ ਦੋਨੋਂ ਘੜੇ ਖਾਲੀ ਕਰ ਦਿੱਤੇ, ਇੱਕ ਪਾਣੀ ਵਾਲੇ ਬਰਤਨ ਦੇ ਵਿੱਚ ਘਿਓ ਪਾ ਦਿੱਤਾ, ਦੂਸਰੇ ਦੇ ਵਿੱਚ ਕੰਕਰ ਪਾ ਦਿੱਤੇ। ਤਾਂ ਹੁਣ ਸਪਸ਼ਟ ਦੇਖ ਰਿਹਾ ਸੀ ਕਿ ਜੋ ਘਿਓ ਸੀ ਉਹ ਤੈਰ ਰਿਹਾ ਸੀ ਪਰ ਜਿਹੜੇ ਕੰਕਰ ਸਨ ਉਹ ਨੀਚੇ ਬੈਠ ਗਏ ਸੀ। ਤਾਂ ਹੁਣ ਸੰਤ ਜੀ ਰਾਜੇ ਨੂੰ ਕਹਿਣ ਲੱਗੇ ਕਿ ਰਾਜਨ ਇਹ ਇੰਜ ਕੰਮ ਕਰ ਕਿ ਜੋ ਪਾਣੀ ਦੇ ਉੱਪਰ ਘਿਓ ਤੈਰ ਰਿਹਾ ਹੈ ਇਹ ਘਿਓ ਨੂੰ ਨੀਚੇ ਬਿਠਾ ਦੇ ਅਤੇ ਜਿਹੜੇ ਇੱਧਰ ਕੰਕਰ ਨੇ ਉਹਨਾਂ ਨੂੰ ਪਾਣੀ ਦੇ ਉੱਪਰ ਤੈਰਨਾ ਲਗਾ, ਇਹੀ ਤੇਰੇ ਪਿਤਾ ਜੀ ਦੀ ਮੁਕਤੀ ਦਾ ਹੱਲ ਆ। ਤੇ ਕਹਿੰਦੇ ਰਾਜਾ ਕਹਿਣ ਲੱਗਾ ਕਿ ਸੰਤ ਜੀ ਇਹ ਕਿੰਜ ਹੋ ਸਕਦਾ ਹੈ, ਘਿਓ ਨੂੰ ਆਪਾਂ ਪਾਣੀ ਦੇ ਨੀਚੇ ਨਹੀਂ ਬਿਠਾ ਸਕਦੇ ਕਿ ਪੱਥਰ ਚਾਹੇ ਹੌਲਾ ਹੋਵੇ ਚਾਹੇ ਭਾਰਾ ਹੋਵੇ ਉਹ ਪਾਣੀ ਦੇ ਉੱਤੇ ਤੈਰ ਨਹੀਂ ਸਕਦਾ, ਉਹ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ। ਤਾਂ ਸੰਤ ਜੀ ਕਹਿੰਦੇ ਨਹੀਂ ਤੂੰ ਐਵੇਂ ਹਿੰਮਤ ਨਾ ਹਾਰ, ਕੋਸ਼ਿਸ਼ ਕਰ, ਇੰਜ ਕਰ ਤੂੰ ਬਰਤਨਾਂ ਵਾਲਾ ਪਾਣੀ ਤਲਾਬ ਦੇ ਵਿੱਚ ਪਾ ਦੇ, ਹੋ ਸਕਦਾ ਹੈ ਖੁੱਲੇ ਪਾਣੀ ਦੇ ਵਿੱਚ ਇਹ ਘਿਓ ਪਾਣੀ ਦੇ ਨੀਚੇ ਬੈਠ ਜਾਵੇ। ਤਾਂ ਕਹਿੰਦੇ ਰਾਜੇ ਨੇ ਘਿਓ ਵਾਲਾ ਪਾਣੀ ਸੀ ਜੋ ਉਹ ਤਲਾਬ ਦੇ ਵਿੱਚ ਪਾ ਦਿੱਤਾ ਪਰ ਕਹਿੰਦੇ ਘਿਓ ਅਜੇ ਵੀ ਪਾਣੀ ਦੇ ਉੱਪਰ ਤੈਰ ਰਿਹਾ ਸੀ। ਫਿਰ ਰਾਜੇ ਨੇ ਪੱਥਰਾਂ ਵਾਲਾ ਜਿਹੜਾ ਬਰਤਨ ਸੀ ਪਾਣੀ ਨਾਲ ਭਰਿਆ ਹੋਇਆ ਬਰਤਨ ਸੀ ਉਹ ਵੀ ਤਲਾਬ ਦੇ ਵਿੱਚ ਪਾ ਦਿੱਤਾ, ਤਾਂ ਬਰਤਨ ਕਹਿੰਦੇ ਪੱਥਰ ਆਪਣੇ ਸੁਭਾਅ ਦੇ ਮੁਤਾਬਕ ਫਿਰ ਪਾਣੀ ਵਿੱਚ ਡੁੱਬ ਗਏ। ਤਾਂ ਰਾਜਾ ਕਹਿਣ ਲੱਗਾ ਕਿ ਸੰਤ ਜੀ ਇਹ ਨਹੀਂ ਹੋ ਸਕਦਾ, ਚਾਹੇ ਘੱਟ ਪਾਣੀ ਹੋਵੇ ਚਾਹੇ ਵੱਧ ਹੋਵੇ ਇਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਘਿਓ ਨੇ ਪਾਣੀ ਦੇ ਉੱਪਰ ਤੈਰਨਾ ਹੈ ਅਤੇ ਪੱਥਰਾਂ ਨੇ ਡੁੱਬ ਜਾਣਾ ਹੈ, ਪਾਣੀ ਨੂੰ ਇਹਨਾਂ ਦੇ ਸੁਭਾਅ ਤੋਂ ਉਲਟ ਨਹੀਂ ਕਰ ਸਕਦੇ। ਤੇ ਕਹਿੰਦੇ ਸੰਤ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਰਾਜਨ ਮੈਂ ਵੀ ਤੈਨੂੰ ਇਹੀ ਗੱਲ ਸਮਝਾਉਣਾ ਚਾਹ ਰਿਹਾ ਹਾਂ ਕਿ ਆਪਾਂ ਕਿਸੇ ਦੇ ਸੁਭਾਅ ਦੇ ਉਲਟ ਕੁਝ ਨਹੀਂ ਕਰ ਸਕਦੇ, ਜਿਸ ਤਰ੍ਹਾਂ ਆਪਾਂ ਪਾਣੀ ਉੱਤੇ ਤੈਰਦੇ ਹੋਏ ਘਿਓ ਨੂੰ ਉਸ ਦੇ ਸੁਭਾਅ ਦੇ ਉਲਟ ਨੂੰ ਪਾਣੀ ਦੇ ਥੱਲੇ ਦਬਾ ਨਹੀਂ ਸਕਦੇ ਬਿਠਾ ਨਹੀਂ ਸਕਦੇ, ਉਸੇ ਤਰ੍ਹਾਂ ਹੀ ਮਨੁੱਖ ਦੇ ਕੀਤੇ ਹੋਏ ਚੰਗੇ ਕਰਮ ਨੇ ਚੰਗੇ ਕੰਮ ਨੇ ਜਿਨ੍ਹਾਂ ਨੂੰ ਕੋਈ ਵੀ ਮਾੜੀ ਸ਼ਕਤੀ ਮਾੜਾ ਇਨਸਾਨ ਨਸ਼ਟ ਨਹੀਂ ਕਰ ਸਕਦਾ।
ਅਤੇ ਦੂਸਰੇ ਪਾਸੇ ਕੰਕਰ ਆਪਣੇ ਸੁਭਾਅ ਤੋਂ ਮਜਬੂਰ ਨੇ ਕਿ ਕੰਕਰ ਚਾਹੇ ਹੌਲਾ ਹੋਵੇ ਚਾਹੇ ਭਾਰਾ ਉਹ ਪਾਣੀ ਦੇ ਉੱਤੇ ਤੈਰ ਨਹੀਂ ਸਕਦਾ ਉਹ ਡੁੱਬੇਗਾ ਉਸੇ ਤਰ੍ਹਾਂ ਇਨਸਾਨ ਦੀ ਗਲਤੀ ਚਾਹੇ ਛੋਟੀ ਹੋਵੇ ਚਾਹੇ ਵੱਡੀ ਉਸ ਨੂੰ ਉਸ ਦੀ ਸਜ਼ਾ ਮਿਲ ਕੇ ਰਹੇਗੀ ਭਾਵ ਕਿ ਉਸ ਦੇ ਚੰਗੇ ਮਾੜੇ ਕਰਮਾਂ ਦਾ ਫਲ ਉਹਨੂੰ ਭੋਗਣਾ ਪਵੇਗਾ ਤੇ ਇੱਥੇ ਸੰਤ ਜੀ ਨੇ ਸਮਝਾਇਆ ਕਿ ਕੋਈ ਵੀ ਮਨੁੱਖ ਦੂਸਰੇ ਮਨੁੱਖ ਦੀ ਮੁਕਤੀ ਨਹੀਂ ਕਰਵਾ ਸਕਦਾ ਮਨੁੱਖ ਦੇ ਕੀਤੇ ਹੋਏ ਚੰਗੇ ਮਾੜੇ ਕਰਮ ਹੀ ਉਸ ਨੂੰ ਮੁਕਤ ਕਰਵਾਉਂਦੇ ਨੇ ਜਾਂ ਉਸ ਨੂੰ ਸਜ਼ਾ ਦਵਾਉਂਦੇ ਨੇ ਹਰ ਇੱਕ ਮਨੁੱਖ ਨੂੰ ਆਪਣੇ ਕਰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਵੀ ਦਾਨ ਪੁੰਨ ਆਪਾਂ ਕਰਾਂਗੇ ਉਸਦਾ ਫਲ ਸਾਨੂੰ ਮਿਲਣਾ ਹੈ ਜੋ ਵੀ ਪਾਠ ਪੂਜਾ ਕਰਾਂਗੇ ਉਸਦਾ ਫਲ ਸਾਨੂੰ ਮਿਲਣਾ ਹੈ ਅਤੇ ਜੋ ਗਲਤੀਆਂ ਜੋ ਪਾਪ ਕਰਾਂਗੇ ਉਸਦੀ ਸਜ਼ਾ ਵੀ ਸਾਨੂੰ ਖੁਦ ਨੂੰ ਮਿਲਣੀ ਆ ਇਸ ਲਈ ਆਪਾਂ ਦੂਸਰੇ ਜਣੇ ਨੂੰ ਮੁਕਤ ਨਹੀਂ ਕਰਵਾ ਸਕਦੇ ਪਰ ਆਪਾਂ ਆਪਣੀ ਮੁਕਤੀ ਦਾ ਦੁਆਰ ਖੋਲ ਸਕਦੇ ਹਾਂ ਉਹ ਹੈ ਚੰਗੇ ਕਰਮ ਕਰਕੇ ਤੇ ਇੱਥੇ ਜੋ ਮਨੁੱਖ ਵੀ ਆਪਣੇ ਮਰੇ ਹੋਏ ਬਜ਼ੁਰਗਾਂ ਦੇ ਕੱਪੜੇ ਜਾਂ ਹੋਰ ਕਈ ਪ੍ਰਕਾਰ ਦੇ ਦਾਨ ਕਰਦੇ ਨੇ ਉਹਨਾਂ ਦੇ ਲਈ ਇਹੀ ਸਿੱਖਿਆ ਹੈ ਆਪਣੇ ਘਰ ਦੇ ਬਜ਼ੁਰਗ ਆਪਣੇ ਮਾਪਿਆਂ ਦੀ ਜਿਉਂਦਿਆਂ ਜੀ ਕੀਤੀ ਹੋਈ ਸੇਵਾ ਸਾਡੇ ਕੰਮ ਆਉਣੀ ਆ ਕਿਉਂਕਿ ਜੇਕਰ ਆਪਾਂ ਜਿਉਂਦੇ ਜੀ ਉਹਨਾਂ ਦੀ ਸੇਵਾ ਕਰਾਂਗੇ ਤਾਂ ਉਹਨਾਂ ਦੇ ਮਨ ਦੇ ਵਿੱਚੋਂ ਜੋ ਅਸੀਸ ਜੋ ਅਰਦਾਸ ਨਿਕਲੇਗੀ ਉਹ ਸਾਡੇ ਲਈ ਕੰਮ ਕਰ ਸਕਦੀ ਆ ਪਰ ਮਰਿਆ ਤੋਂ ਬਾਅਦ ਕੋਈ ਵੀ ਵਸਤੂ ਉਹਨਾਂ ਤੱਕ ਨਹੀਂ ਪਹੁੰਚਦੀ ਕੋਈ ਵੀ ਕੀਤਾ ਹੋਇਆ ਦਾਨ ਪੁੰਨ ਉਹਨਾਂ ਤੱਕ ਨਹੀਂ ਪਹੁੰਚ ਸਕਦਾ ਤਾਂ ਇੱਥੇ ਸਾਨੂੰ ਸੰਤ ਮਹਾਂਪੁਰਖ ਜੀ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਜੇ ਆਪਣੇ ਬਜ਼ੁਰਗਾਂ ਦੇ ਲਈ ਆਪਣੇ ਮਾਪਿਆਂ ਦੇ ਲਈ ਕੁਝ ਕਰਨਾ ਚਾਹੁੰਦੇ ਹਾਂ ਤਾਂ ਜੀਂਦੇ ਜੀ ਹੀ ਕਰਨਾ ਚਾਹੀਦਾ ਹੈ ਮਰਿਆ ਤੋਂ ਬਾਅਦ ਕੋਈ ਵੀ ਕਰਮ ਕਾਂਡ ਉਹਨਾਂ ਤੱਕ ਨਹੀਂ ਪਹੁੰਚਣਾ ਕੋਈ ਵੀ ਵਸਤੂ ਉਹਨਾਂ ਤੱਕ ਨਹੀਂ ਪਹੁੰਚਣੀ ਤਾਂ ਫਿਰ ਆਓ ਆਪਾਂ ਵੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਉਹਨਾਂ ਦੀ ਦੇਖਭਾਲ ਕਰਨੀ ਹੈ ਉਹਨਾਂ ਦਾ ਸਤਿਕਾਰ ਕਰਨਾ ਹੈ ਉਹਨਾਂ ਦੇ ਨਾਲ ਪਿਆਰ ਕਰਨਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਕਰਨ ਤੋਂ ਬਚਣਾ ਹੈ ਗਲਤੀ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਉਸ ਦੀ ਸਜ਼ਾ ਸਾਨੂੰ ਖੁਦ ਨੂੰ ਮਿਲਣੀ ਆ ਚਾਹੇ ਉਹ ਗਲਤੀ ਜਾਂ ਪਾਪ ਆਪਾਂ ਕਿਸੇ ਦੂਸਰੇ ਦੇ ਲਈ ਕੀਤਾ ਹੋਵੇ ਪਰ ਉਸਦਾ ਫਲ ਸਾਨੂੰ ਭੁਗਤਣਾ ਪੈਣਾ ਹੈ ਤਾਂ ਫਿਰ ਆਓ ਰੋਜ਼ਾਨਾ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਦੇ ਉੱਤੇ ਰੱਖਣਾ ਅਤੇ ਸਾਨੂੰ ਮਾੜੇ ਕੰਮਾਂ ਤੋਂ ਬਚਾਉਣਾ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਗਲਤੀਆਂ ਦੀ ਮਾਫ਼ੀ ਮੰਗ ਕੇ ਸੌਣਾ ਹੈ ਹੋ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਉੱਤੇ ਕਿਰਪਾ ਕਰਨ ਸਾਨੂੰ ਮਾੜੇ ਕੰਮ ਕਰਨ ਤੋਂ ਬਚਾ ਲੈਣ ਤਾਂ ਜੋ ਸਾਡੇ ਅੱਗੇ ਮਾੜੇ ਕਰਮ ਨਾ ਬਣ ਸਕਣ ਜੇਕਰ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਲਿਖਿਆ ਕਰੋ ਜਾਂ ਫਿਰ ਜਿਸ ਟੌਪਿਕ ਦੇ ਉੱਤੇ ਤੁਸੀਂ ਅਗਲੀ ਵੀਡੀਓ ਚਾਹੁੰਦੇ ਹੋ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਜੇ ਕੁਝ ਨਹੀਂ ਲਿਖਣਾ ਹੁੰਦਾ ਤਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਜਾਂ ਵਾਹਿਗੁਰੂ ਜੀ ਤਾਂ ਜ਼ਰੂਰ ਲਿਖਿਆ ਕਰੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।